ਪਿਆਰੇ ਕਿਸਾਨ ਵੀਰੋ ਤੇ ਭੈਣੋ ਸਾਡੇ ਸੂਬੇ ਦੇ ਵਿੱਚ ਸੋਨੀ ਰੋਤੇ ਚ ਇੱਕ ਬੜੀ ਮਹੱਤਵਪੂਰਨ ਫਸਲ ਦੀ ਕਾਸ਼ਟ ਹੁੰਦੀ ਏ ਉਹ ਹੈ ਬਾਸਮਤੀ ਬਾਸਮਤੀ ਪੰਜਾਬ ਦੀ ਪੂਰੀ ਭਾਰਤ ਵਿੱਚ ਵੀ ਮਕਬੂਲ ਏ ਤੇ ਬਾਹਲੇ ਦੇਸ਼ਾਂ ਚ ਵੀ ਬਾਸਮਤੀ ਜਾਂਦੀ ਏ ਪਰ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਵਾਸਤੇ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬੜੀਆਂ ਕੋਸ਼ਿਸ਼ਾਂ ਕਰਨ ਰਿਹਾ ਪੰਜਾਬ ਰਾਈਸ ਮਿਲਰ ਤੇ ਐਕਸਪੋਰਟ ਐਸੋਸੀਏਸ਼ਨ ਨਾਲ ਮਿਲ ਕੇ ਇਹ ਉਪਰਾਲੇ ਪੂਰੇ ਪੰਜਾਬ ਚ ਚੱਲਣ ਡੇ ਨੇ ਅੱਜ ਅਸੀਂ ਆਏ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਇਹ ਚੁਗਾਮਾ ਇਲਾਕੇ ਚ ਇੱਕ ਕੋਹਲੀ ਪਿੰਡ ਦਾ ਇਲਾਕਾ ਹੈ ਇਹ ਬਾਸਮਤੀ ਵਾਸਤੇ ਬੜਾ ਮਕਬੂਲ ਇਲਾਕਾ ਹੈ ਔਰ ਕਹਿੰਦੇ ਨੇ ਕਿ ਬਾਸਮਤੀ ਦਾ ਮੱਕਾ ਇਸ ਇਲਾਕੇ ਨੂੰ ਕਿਹਾ ਜਾਂਦਾ ਹੈ ਇਸ ਇਲਾਕੇ ਦੇ ਕਿਸਾਨ ਵੀ ਬਾਸਮਤੀ ਕਾਸ਼ ਕਰਦੇ ਨੇ ਇਸ ਸਮੱਸਿਆਵਾਂ ਵੀ ਹੋਣਗੀਆਂ ਨਾਲ ਦੇ ਨਾਲ ਪੰਜਾਬ ਰਾਈਸ ਮਿਲਰ ਐਕਸਪੋਰਟਰ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਨੇ ਅਸ਼ੋਕ ਸੇਠੀ ਜੀ ਹੋਵੇ ਥੇ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਇੱਕ ਬਰਾ ਖੇਤੀਬਾੜੀ ਅਫਸਰ ਨੇ ਔਰ ਇਹ ਸਾਰੇ ਵਿਭਾਗ ਦੇ ਜਿਹੜੇ ਮਾਹਿਰ ਨੇ ਉਹ ਇੱਥੇ ਅੱਜ ਵਿਰਾਜਮਾਨ ਨੇ ਇਹ ਕਿਸਾਨ ਸਕੂਲ ਲਾਉਣ ਦਾ ਮਕਸਦ ਸਾਡਾ ਇਹ ਹੈ ਕਿ ਤੁਹਾਨੂੰ ਜਾਗਰੂਕ ਕੀਤਾ ਜਾਵੇ ਕਿ ਬਾਸਮਤੀ ਦੀ ਫਸਲ ਜਿਹੜੀ ਹੈ ਉਹ ਬੜੀ ਵਧੀਆ ਫਸਲ ਹੈ ਔਰ ਕੁਆਲਟੀ ਪੈਦਾਵਾਰ ਜੇ ਦੀ ਹੋਵੇ ਤੇ ਚੰਗੇ ਪੈਸੇ ਆਪਾਂ ਨੂੰ ਲੱਭ ਸਕਦੇ ਆ ਆਪਾਂ ਗੱਲ ਕਰਨੇ ਆ ਇਸ ਇਲਾਕੇ ਦੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਕੁਲਵੰਤ ਸਿੰਘ ਨਾਲ ਕਿ ਜਦੋਂ ਬਾਸਮਤੀ ਦੀ ਗੱਲ ਆਉਂਦੀ ਹੈ ਤੇ ਇਸ ਇਲਾਕੇ ਦੇ ਤੌਰ ਖੇਤੀਬਾੜੀ ਅਫਸਰ ਕੰਮ ਕਰਨ ਦੇ ਨੇ ਕੀ ਕਹਿਣਾ ਚਾਹੋਗੇ ਆਪਣੇ ਇਸ ਚੁਗਾਵਾ ਇਲਾਕੇ ਦੇ ਵਿੱਚ ਜੋ ਬਾਸਮਤੀ ਫਸਲ ਦੀ ਮੌਜੂਦਾ ਸਥਿਤੀ ਹੈ ਔਰ ਕਿਸਾਨਾਂ ਦਾ ਰੁਝਾਨ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹਦੇ ਵਿੱਚ ਕੋਈ ਅਤਕਤਰੀ ਨਹੀਂ ਹੈ ਕਿ ਇਸ ਨੂੰ ਬਾਸਮਤੀ ਦਾ ਮੱਕਾ ਕਿਹਾ ਜਾਂਦਾ ਹੈ ਔਰ ਇਹਦੇ ਵਿੱਚ ਜਿੰਨੇ ਵੀ ਸਾਡੇ ਇਸ ਏਰੀਏ ਦੇ ਵਿੱਚ ਜਿੰਨੇ ਬਲਾਕ ਚਕਾਵਾਂ ਦੇ ਵਿੱਚ ਪਿੰਡ ਨੇ ਸਾਡੇ ਕੋਲ ਟੋਟਲ 30000 ਹੈਕਟੇਅਰ ਸਾਡਾ ਇੱਥੇ ਰਕਬਾ ਹੈਗਾ ਨੈਟ ਸੋਨ ਏਰੀਆ ਜਿਹੜਾ ਸਾਡਾ ਔਰ ਇਹਦੇ ਵਿੱਚੋਂ 70% ਸਾਡੀ ਜਿਹੜੀ ਹੈ 70 ਤੋਂ 80% ਸਾਡਾ ਬਾਸਮਤੀ ਥੱਲੇ ਕਾਸ਼ ਥੱਲੇ ਹੁੰਦਾ ਹੈ ਇਹ ਇੱਕ ਹੋਰ ਵੀ ਇਹਦੇ ਸਬੰਧ ਦੇ ਵਿੱਚ ਮੈਂ ਕਹਦੇ ਆਂ ਵੀ ਇਹਨੂੰ ਜੀਆਈ ਟੈਗਿੰਗ ਜਿਹੜੀ ਆ ਉਹ ਵੀ ਹੋ ਚੁੱਕੀ ਆ ਮਤਲਬ ਜਿਹੜਾ ਜੀਓਗ੍ਰਾਫੀਕਲ ਇੰਡੈਕਸ ਟੈਗਿੰਗ ਜਿਹਨੂੰ ਬੋਲ ਦਿੱਤੇ ਆ ਵੀ ਇਹ ਇੱਕ ਪਾਰਟਿਕੂਲਰ ਬੈਲਟੀ ਆ ਜਿਹਦੇ ਵਿੱਚ ਜਿਹੜੀ ਖੁਸ਼ਬੂਦਾਰ ਬਾਸਮਤੀ ਔਰ ਜਿਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਹੈ ਅਕਾ ਜਿਹੜਾ ਕੁਆਲਟੀ ਬਾਸਮਤੀ ਦੀ ਆਪਾਂ ਗੱਲ ਕਰਨੀ ਆ ਡਾਕਟਰ ਸਾਹਿਬ ਤੇ ਤੁਸੀਂ ਕਿੱਦਾਂ ਦੀਆਂ ਉਪਰਾਲੇ ਆਪਣੇ ਇਸ ਇਲਾਕੇ 'ਚ ਕਰਨ ਦੇਓ ਕਿਉਂਕਿ ਤੁਸੀਂ ਕਿਹਾ ਕਿ ਬੜੀ ਮਕਬੂਲ ਬਾਸਮਤੀ ਔਰ ਬਾਸਮਤੀ ਤਾਂ ਹੀ ਫਾਇਦੇਮੰਦ ਹੈ ਜੇ ਬਾਹਰ ਦੇ ਪਾਸੇ ਬਾਹਰਲੇ ਮੁਲਕਾਂ 'ਚ ਇਹਦੀ ਐਕਸਪੋਰਟ ਜੜੀ ਹੋ ਸਕੇ ਦੇਖੋ ਜੀ ਸਾਡੇ ਮਾਨਯੋਗ ਏਸੀਏ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਉਹਨਾਂ ਦਾ ਬਕਾਇਦਾ ਮਿਸ਼ਨ ਹੈ ਵੀ ਇਸ ਇਲਾਕੇ ਦੇ ਜਿਹੜੇ ਬਾਸਮਤੀ ਸਾਡੇ ਗਰੋਅਰ ਹੈ ਉਹਨਾਂ ਦੀ ਇਨਕਮ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਕਾਇਦਾ ਨਾਲ ਜਿਹੜਾ ਵਾਅਦਾ ਕਰ ਸਕਦੇ ਆ ਉਹਦੇ ਵਾਸਤੇ ਜਿਹੜੀ ਸਾਡੀ ਯੂਨੀਵਰਸਿਟੀ ਦੀਆਂ ਸ਼ਿਫਾਰਿਸ਼ ਹੁੰਦਾ ਕਿਉਂਕਿ ਇਹਦੇ ਵਿੱਚ ਸਾਡੀ ਜਿਹੜੀ ਸਾਰੀ ਬਾਸਮਤੀ ਹੈ ਕਿ ਸਾਡਾ 20000 ਕਰੋੜ ਰੁਪਏ ਦਾ ਬਿਜ਼ਨਸ ਹੈ ਹਰ ਸਾਲ ਬਾਸਮਤੀ ਜਿਹੜੀ ਅਸੀਂ ਐਕਸਪੋਰਟ ਕਰਦੇ ਆਂ ਔਰ ਉੱਥੋਂ ਹੁੰਦਾ ਹੈ ਔਰ ਬੜੀ ਵਧੀਆ ਇਨਕਮ ਇੱਥੋਂ ਜਿਹੜੀ ਲਈ ਜਾ ਸਕਦੀ ਆ ਪਰ ਕੁਝ ਕਾਰਨਾ ਕਰਕੇ ਜਿਹੜੇ ਸਾਡੇ ਜਿਹੜੀ ਜਿਹੜੇ ਲੰਮਾ ਸਮਾਂ ਜਿਹੜੀਆਂ ਦਵਾਈਆਂ ਨੇ ਜਿਨ੍ਹਾਂ ਦਾ ਰੈਡਿਊਲ ਇਫੈਕਟ ਸਾਡੀ ਬਾਸਮਤੀ ਦੇ ਵਿੱਚ ਆ ਜਾਂਦਾ ਹੈ ਉਹ ਅਸੀਂ ਸਾਰਾ ਹੀ ਸਾਡਾ ਵਿਭਾਗ ਖੇਤੀਬਾੜੀ ਔਰ ਸਾਰਾ ਸਾਡਾ ਸਟਾਫ ਉਹ ਲਗਾਤਾਰ ਬਲਾਕ ਲੈਵਲ ਦੇ ਤੇ ਬਲਾਕ ਪੱਧਰ ਦੇ ਜਿੰਨੇ ਵੀ ਕੈਂਪ ਲਗਾ ਕੇ ਜ਼ਿੰਮੇਦਾਰਾਂ ਨੂੰ ਇਸ ਚੀਜ਼ ਦੇ ਉੱਤੇ ਅਗਾ ਕਰ ਰਿਹਾ ਵੀ ਜਿਹੜੀ ਯੂਨੀਵਰਸਿਟੀ ਦੁਆਰਾ ਸ਼ਿਫਾਰਿਸ਼ ਜਿਹੜੀਆਂ ਸਾਡੀਆਂ ਪਾਬੰਦੀਸ਼ੁਦਾ ਫੰਗੀਸਾਈਡ ਜਾਂ ਇਨਸੈਕਟਸਾਈਡ ਸਾਡੀਆਂ ਹੈਗੀਆਂ ਨੇ ਉਹ ਨਾ ਪਾ ਕੇ ਤੇ ਅੱਛੀ ਕੁਆਲਿਟੀ ਦੀ ਬਾਸਮਤੀ ਉਹ ਪੈਦਾ ਕੀਤੀ ਜਾ ਸਕੇ ਜੀ ਸੋ ਕੁਆਲਿਟੀ ਬਾਸਮਤੀ ਪੈਦਾ ਕਰਨ ਦੀਆਂ ਤਕਨੀਕਾਂ ਨੂੰ ਵਿਕਸਿਤ ਕੀਤਾ ਜਾਣ ਦੇ ਔਰ ਕਿਸਾਨਾਂ ਚ ਪ੍ਰਸਾਰਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਧੰਨਵਾਦ ਡਾਕਟਰ ਸਾਹਿਬ ਹੁਣ ਸਿਟੀ ਸਾਹਿਬ ਦੇਖੋ ਤੁਸੀਂ ਬੜਾ ਵੱਡਮੁੱਲਾ ਕੰਮ ਕਰਨ ਦੇਓ ਪੰਜਾਬ ਰਾਈਸ ਮਿਲਰ ਐਂਡ ਐਕਸਪੋਰਟਰ ਐਸੋਸੀਏਸ਼ਨ ਦੇ ਚੇਅਰਮੈਨ ਦੇ ਨਾਤੇ ਕਿਦਾਂ ਦੀਆਂ ਤੁਸੀਂ ਦੇਖੋ ਜਦੋਂ ਅਸੀਂ ਐਕਸਪੋਰਟ ਦੀ ਗੱਲ ਕਰਨੇ ਆ ਤੇ ਸਾਡੇ ਇਹਨਾਂ ਕਿਸਾਨਾਂ ਨੂੰ ਕੀ ਤੁਸੀਂ ਅਸ਼ਵਾਸ਼ਣ ਦਿਓਗੇ ਵੀ ਜੇ ਕੁਆਲਟੀ ਬਾਸਮਤੀ ਪੈਦਾ ਕਰਦੇ ਨੇ ਤੁਹਾਡੇ ਕਹਿਣ ਮੁਤਾਬਕ ਕੀ ਭਾਅ ਇਹਨਾਂ ਨੂੰ ਚੰਗਾ ਮਿਲੂ ਕੀ ਪ੍ਰੋਸਪੈਕਟਸ ਨੇ ਕੀ ਸਕੋਪ ਹੈ ਬਾਸਮਤੀ ਦਾ ਬਤਾਓ ਇੱਕ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਅ ਕੁਆਲਟੀ ਸਾਹਿਬ ਤੁਹਾਡੇ ਜਿਹੜੇ ਇੱਥੇ ਅਸੀਂ ਆਏ ਆ ਤਾਂ ਬਾਸਮਤੀ ਦਾ ਗੜ ਹੈ ਸਾਨੂੰ ਇੰਨੀ ਕੁ ਅੱਛੇ ਹੱਥ ਜਿੰਨੀ ਬਾਸਮਤੀ ਸਾਡੀ ਵਧੀਆ ਕੁਆਲਟੀ ਦੀ ਕੋਹਾਲੀ ਆ ਚੁਗਾਵਾ ਬਲਾਕ ਚ ਹੁੰਦੀ ਆ ਨਾ ਅਸੀਂ ਸਾਨਵਲ ਦੇ ਇੱਥੇ ਮੁੱਲ ਮਿਲਦਾ ਹੈ ਸਾਡੀਆਂ ਦੋ ਬੜੇ ਵੱਡੇ ਇਸ਼ੂ ਨੇ ਇੱਕ ਤਾਂ ਫਾਰਮਰ ਨੂੰ ਅਸੀਂ ਐਜੂਕੇਟ ਕਰਨਾ ਕਿ ਪੈਸੇ ਸਾਈਡ ਘੱਟੋ ਕਰ ਕਿ ਜਿਆਦੀ ਆ ਗਈ ਤੁਸੀਂ ਦੇਖੋ ਸੀ ਸਾਰੇ ਇਚ ਕੈਂਪੇਨ ਸ਼ੁਰੂ ਕੀਤੀ ਹੈ ਕਿ ਅਸੀਂ ਅਗਰ ਨੈਚੁਰਲ ਮੈਥਡ ਕਰ ਜਿਹੜੇ ਫਾਰਮਰ ਨੂੰ ਪਤਾ ਹੈ ਕਿ ਮੈਨੂੰ ਕੀੜਾ ਆਣ ਲੱਗਾ ਉਸ ਤੋਂ ਬਾਅਦ ਹੀ ਦਵਾਈ ਦਾ ਉਪਚਾਰ ਕਰੋ ਪਹਿਲੇ ਨਾ ਕਰੇ ਇਹ ਨਾਲ ਸਾਰਿਆਂ ਨੂੰ ਪਤਾ ਹੈਗਾ ਅਸੀਂ ਪਾਣੀ ਘੱਟ ਲਾਈਏ ਯੂਰੀਆ ਘੱਟ ਵਰਤੀਏ ਪਹਿਲੇ ਤਾਂ ਚੰਗਾ ਬੀਜ ਲਾਈਏ ਉਸ ਕਰਕੇ ਨਾ ਦਵਾਈਆਂ ਦਵਾਈਆਂ ਦੀ ਲੋੜ ਹੀ ਨਹੀਂ ਪੈਗੀ ਬਿਮਾਰੀ ਆਣੀ ਨਹੀਂ ਇਸ ਕਰਕੇ ਅਸੀਂ ਤੁਹਾਨੂੰ ਮੈਂ ਦੱਸਾਂਗਾ ਸਾਡੇ ਅੰਬਰ ਪੰਜਾਬ ਵਿੱਚ ਸਾਡੇ 5 ਲੱਖ ਫਾਰਮਰ ਹੈ ਜਿਹੜਾ ਬਾਸਪਤੀ ਨਾਲ ਜੁੜਿਆ ਜਿਹੜਾ ਬੜੀ ਵੱਡੀ ਇੱਕ ਸੰਖਿਆ ਕੀ ਹੈ ਦੇ ਹੋਰ 5-6 5.5 ਲੱਖ ਫਾਰਮਰਾਂ ਨੂੰ ਸਾਰਿਆਂ ਨੂੰ ਅਹਿਸਾਸ ਹੈ ਕਿ ਅਸੀਂ ਚੰਗੀ ਬਾਰਸ਼ ਨਹੀਂ ਤੋ ਗਾਈਏ ਦਵਾਈਆਂ ਨਾ ਪਾਈਏ ਫਰਟੀਲਾਈਜ਼ਰ ਘੱਟ ਪਾਈਏ ਪਾਣੀ ਵੀ ਘੱਟ ਲੱਗਦਾ ਇਹ ਦੋ ਬੜੀ ਵੱਡੀ ਗੱਲ ਹੈ ਜੇ ਪਾਣੀ ਨਾ ਰਿਹਾ ਤੇ ਫਸਲਾਂ ਨਹੀਂ ਰਹਿਣਗੀਆਂ ਅਸੀਂ ਇਸ ਕਰਕੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸਾਡੇ ਅੰਮ੍ਰਿਤਸਰ ਇਲਾਕੇ ਚੋਂ ਘੱਟ ਤੋਂ ਘੱਟ 14-15 ਹਜ਼ਾਰ ਕੋਟ ਦੀ ਸਿਰ ਬਾਰਸ਼ਮਦੀ ਅੰਮ੍ਰਿਤਸਰ ਤੋਂ ਐਕਸਪੋਰਟ ਹੁੰਦੀ ਹੈ ਬਾਕੀ ਸਾਡੇ ਪੰਜਾਬ ਚ ਹੋਰ ਵੀ ਯੂਨਿਟ ਹੈਗੇ ਉੱਥੇ ਵੀ ਹੁੰਦੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਸਾਡੇ 140 ਮੁਲਕਾਂ ਵਿੱਚ ਸਾਡੀ ਬਾਸਮਤੀ ਐਕਸਪੋਰਟ ਹੁੰਦੀ ਹੈ ਔਰ ਇੱਕ ਪੰਜਾਬ ਦੇ ਵਿੱਚੋਂ 20000 ਕਰੋੜ ਦੀ ਬਾਸਮਤੀ ਸਿਰਫ ਅਸੀਂ ਬਾਹਲੇ ਮੁਲਕਾਂ ਤੋਂ ਹਿੰਦੁਸਤਾਨ ਨੂੰ ਦਿੰਨੇ ਆ ਤੁਹਾਨੂੰ ਪਤਾ ਹੈ ਬਾਸਮਤੀ ਦੇ ਨਾਲ ਸਾਡੀਆਂ ਇੰਨੀਆਂ ਫੈਕਟਰੀਆਂ ਲੱਗੀਆਂ ਨੇ ਸਾਡਾ ਕਿੰਨਾ ਬੰਦਾ ਜੁੜਿਆ ਕਿੰਨਾ ਕਿੱਟਾ ਸਾਹਿਬ ਗੱਲ ਇਹ ਆ ਕਿ ਹਰ ਵੇਰੇ ਆਪਾਂ ਕੋਸ਼ਿਸ਼ਾ ਕਰਨੇ ਆ ਹਰ ਵੇਰੇ ਆਪਾਂ ਉਪਰਾਲੇ ਕਰਨੇ ਆ ਤੇ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਵਾਸਤੇ ਪਰ ਭਾ ਜਿਹੜਾ ਕਿਸਾਨ ਨੂੰ ਕਈ ਵਾਰੀ ਬੜਾ ਚੰਗਾ ਮਿਲਦਾ ਹੈ ਕਈ ਵਾਰੀ ਘੱਟ ਮਿਲਦਾ ਹੈ ਇਹ ਅਪਸ ਐਂਡ ਡਾਉਨਸ ਕੀ ਇਸੇ ਕਰਕੇ ਆਉਂਦੇ ਨੇ ਕਿ ਸਾਡੀ ਕੁਆਲਿਟੀ ਮਾੜੀ ਹੁੰਦੀ ਹੈ ਐਕਚੁਅਲੀ ਅਵੇਚ ਦੇਖੋ ਇੱਕ ਇੱਕ ਕਮੋਡਿਟੀਆਂ ਹੈ ਇੱਕ ਕੁਆਲਿਟੀ ਹੈ ਕਮੋਡਿਟੀ ਕਰਕੇ ਇੰਟਰਨੈਸ਼ਨਲ ਦੇ ਨਾ ਉਤਰਾ ਪਰਾ ਚੱਲਦੇ ਸਾਡੇ ਪਿੱਛੇ ਅਸੀਂ ਕੀ ਕਰੀਏ ਸਾਡੇ ਈਰਾਨ ਦੀ ਸਹੀ ਸਾਰੀ ਨਾ ਬਾਸਮਤੀ ਐਕਸਪੋਰਟ ਬੰਦ ਹੋ ਗਈ ਚਲੋ ਕੁਝ ਕਾਰਨ ਨਾਲ ਉਹਦੇ ਨਾਲ ਰੇਟ ਘਟ ਗਿਆ ਨੈਚੁਰਲੀ ਇੱਕ ਬੜੀ ਵੱਡੀ ਮਾਰਕੀਟ ਸਾਡੇ ਹੱਥੋਂ ਨਿਕਲ ਗਈ ਉਹ ਰੇਟ ਘਟ ਗਿਆ ਰੇਟ ਘਟਣ ਨਾਲ ਫਾਰਮਰ ਨੂੰ ਕਿਸਾਨ ਯੂਰਪ ਨੇ ਨਾ ਇੰਨਾ ਸਟ੍ਰਿਕਟ ਕਰ ਦਿੱਤਾ ਜੇ ਅੰਸ਼ਾਂ ਦਾ ਕੈਮੀਕਲ ਦੇ ਅੰਸ਼ਾ ਇੰਨਾ ਸਟ੍ਰਿਕਟ ਕਰਦਾ 001 MRL ਕਰਦਾ ਚੈੱਕ ਕਰਨ ਉੱਥੇ ਪਹਿਲਾਂ ਜੋ ਉਹ ਨਹੀਂ ਐਕਚੁਅਲੀ ਕਰਦੇ ਸਾਨੂੰ ਇਥੋਂ ਚੈੱਕ ਕਰਕੇ ਭੇਜਣਾ ਪੈਂਦਾ ਪਰ ਫਿਰ ਵੀ ਜਾ ਕੇ ਕਈ ਵਾਰੀ ਅੰਸ਼ ਰਹਿ ਜਾਂਦਾ ਦੇਖੋ 001 ਤੱਕ ਕੈਲੀਬ੍ਰੇਟ ਵੀ ਨਹੀਂ ਹੁੰਦਾ ਮਸ਼ੀਨਾਂ 'ਚ ਉਹ ਕੀ ਕਰਦੇ ਵਾਪਸ ਕਰ ਦਿੰਦੇ ਨੇ ਕੰਟੇਨਰ ਇੱਕ ਵਾਪਸ ਕੰਟੇਨਰ 10 ਲੱਖ ਰੁਪਏ ਦਾ ਨੁਕਸਾਨ ਹੁੰਦਾ ਅਸੀਂ ਇਹਨਾਂ 5 ਸਾਲਾਂ ਤੋਂ ਇੱਕ ਕੈਂਪੇਨ ਚਲਾਈ ਹੈ 17 ਤੋਂ ਤੁਹਾਡੇ ਐਸਐਫ ਦੇ ਐਗਰੀਕਲਚਰ ਸੈਕਟਰਿਕ ਪੰਨੂ ਸਾਹਿਬ ਨੇ ਬੜਾ ਵੱਡਾ ਬੀੜਾ ਉਠਾਇਆ ਜੀ ਸਰ ਸਾਹਿਬ ਮੈਂ ਹੁਣ ਇੱਕ ਗੱਲ ਜਾਨਣਾ ਚਾਹਨਾ ਦੇਖੋ ਵਜ਼ਾਹਤ ਕਰੋ ਕਿ ਆ ਕਿਸਾਨ ਸਾਡਾ ਪੰਜਾਬ ਦਾ ਇਸ ਪ੍ਰੋਗਰਾਮ ਦੇ ਜ਼ਰੀਏ ਜੁੜਿਆ ਹੈ ਠੀਕ ਹੈ ਇਸ ਇਲਾਕੇ ਜ ਬਾਸਮਤੀ ਹੁੰਦੀ ਹੈ ਗੁਰਦਾਸਪੁਰ ਅੰਮ੍ਰਿਤਸਰ ਔਰ ਜਲੰਧਰ ਦੇ ਵਿੱਚ ਵੀ ਬਾਸਮਤੀ ਦਾ ਕਾਫੀ ਇਲਾਕਾ ਹੈਗਾ ਕਈਆਂ ਇਲਾਕਿਆਂ ਚ ਹੁੰਦੀ ਬਾਸਮਤੀ ਉਹਨਾਂ ਇਲਾਕੇ ਦੇ ਕਿਸਾਨਾਂ ਨੂੰ ਕਿੱਦਾਂ ਦਾ ਉਪਰਾਲਾ ਕਰਨ ਤਾਂ ਕਿ ਤੁਸੀਂ ਜਿਹੜੀ ਐਕਸਪੋਰਟ ਦੀ ਗੱਲ ਕੀਤੀ ਹੈ ਕਿਹੜੇ ਦਵਾਈਆਂ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਨਹੀਂ ਪੈਣੀਆਂ ਚਾਹੀਦੀਆਂ ਜਿਨ੍ਹਾਂ ਦੇ ਅੰਸ਼ਾਉਣ ਤੇ ਬਾਹਰੋਂ ਵਾਪਸ ਆ ਜਾਂਦੀ ਏ ਉਹ ਭਾ ਦੇ ਉੱਤੇ ਫਰਕ ਪੈਂਦਾ ਐਕਚੁਅਲੀ ਅਸੀਂ ਪੰਜਾਬ ਗਵਰਨਮੈਂਟ ਨੇ ਨਵ ਨਵ ਦਵਾਈਆਂ ਬੈਨ ਕੀਤਾ ਉਹ ਲਿਸਟ ਲੱਗੀ ਹੋਈ ਆ ਦੇਖੋ ਐਸੀ ਫੇਟ ਆ ਟ੍ਰਾਈਸਾਈਕਲੋ ਟ੍ਰਾਈਫੋਸੋਸ ਹੈ ਕਾਰਬੋਡੈਮਜ਼ਮ ਹੈ ਟ੍ਰਾਈਸਾਈਕਲੋਸ ਹੈ ਬਫਰਜ਼ ਇਹ ਨਵ ਦਵਾਈਆਂ ਅਸੀਂ ਪੰਜਾਬ ਸਰਕਾਰ ਨੇ ਬੈਨ ਕੀਤੀਆਂ ਪਰ ਫੇਰ ਵੀ ਕਿਸਾਨ ਨਾ ਕਈ ਵਾਰੀ ਕੀ ਆਂਦਾ ਸੋਰਸ ਹਨ ਕਿ ਜੇ ਇਹ ਨੌ ਦਵਾਈਆਂ ਦੇ ਨਾਮ ਪਾਈਏ ਤੇ ਕੀ ਸਾਡੀ ਕੁਆਲਿਟੀ ਪੈਦਾਵਾਰ ਹੋ ਜੂ ਬਿਲਕੁਲ ਬਿਲਕੁਲ ਮੈਂ ਤਾਂ ਇਹ ਹੀ ਸਮਝੀਏ ਕਿ ਨਾ ਨੌ ਦਵਾਈਆਂ ਪਾਵਾਂਗੇ ਤੇ ਭਾਅ ਚੰਗਾ ਮਿਲ ਜੂ ਬਿਲਕੁਲ ਮਿਲੇਗਾ ਬਿਲਕੁਲ ਮਿਲੇਗਾ ਮੈਂ ਤੁਹਾਨੂੰ ਦੱਸਾਂ ਮੈਨੂੰ 2019 ਦੀ ਤੁਹਾਨੂੰ ਦੱਸਣਾ 200 ਕਰੋੜ ਦਾ ਯੂਰੀਆ ਤੇ ਦਵਾਈ ਘੱਟ ਵਰਤੀ ਉਹ ਸਾਰਾ ਫਾਇਦਾ ਕਿਸਾਨ ਨੂੰ ਭਰਾ ਨੂੰ ਹੁਣ ਜਿਹੜਾ ਅਸੀਂ ਇਹਨਾਂ ਨੂੰ ਮੈਂ ਠੀਕ ਹੈ ਐਸੇ ਮਾਰਕੀਟ ਬੜਾ ਸਲੰਪ ਹੈ ਤੁਸੀਂ ਪਿਛਲੇ ਸਾਲ ਸੀ ਕੋਰੋਨਾ ਪੈਂਡੈਮਿਕ ਨਾਲ ਵੀ ਸੁਝਿਆ ਪਰ ਫਿਰ ਵੀ ਆਪਾਂ ਅਸੀਂ ਫੈਕਟਰੀਆਂ ਚੱਲ ਰਹੀਆਂ ਨੇ ਬੜੀ ਤਗੜੀਆਂ ਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਐਗਰੀਕਲਚਰ ਪਾਰਟਨ ਤੁਹਾਡੇ ਦੂਰਦਰਸ਼ਕ ਇੱਕ ਆਸ਼ਵਾਸਨ ਦੇਣਾ ਚਾਹੁੰਦਾ ਆਸ਼ਵਾਸਨ ਦੇਣਾ ਚਾਹੁੰਦਾ ਅਸੀਂ 100 100 150 ਰੁਪਏ ਕਿੰਟਲ ਵਾਧ ਦੇਾਂਗੇ ਜੇ ਸਾਰੀਆਂ ਦਵਾਈਆਂ ਮੁਕਤ ਸਾਡੇ ਕੋਲ ਫਸਲ ਲੈ ਕੇ ਆਂਗੇ ਮੈਂ ਯਕੀਨ ਤੁਹਾਨੂੰ ਤੁਹਾਡੇ ਸਾਰੇ ਕਿਵੇਂ ਚੈੱਕ ਕਰੋਗੇ ਵੀ ਦਵਾਈਆਂ ਵਿੱਚ ਨਹੀਂ ਹੈਗੀ ਅਸੀਂ ਨਾ ਲੈਬੋਰਟਰੀ ਵਿੱਚ ਇਹਨਾਂ ਦਾ ਮਾਲ ਚੈੱਕ ਕਰਾਣੇ ਅਸੀਂ ਹੁਣ ਇੱਥੇ ਲੈਬੋਰਟਰੀ ਅੰਬਰਸਰ ਵੀ ਸਟੈਬਲਿਸ਼ ਕਰਨ ਜਾ ਰਹੇ ਹਾਂ ਲੈਬੋਰਟਰੀ ਪੰਜਾਬ ਦੀ ਲੱਗੀ ਹੋਈ ਹੈ ਮੁਹਾਲੀ ਪੰਜਾਬ ਗੋਮਡੀ ਦੀ ਆਪਣੀ ਲੈਬੋਰਟਰੀ ਹੈ ਅਸੀਂ ਉੱਥੇ ਸਾਰੇ ਜਿੰਨੀ ਵੀ ਸਾਡਾ ਚੋਨਾ ਹੁੰਦਾ ਪਰਚੇਜ਼ ਕਰਨ ਤੋਂ ਪਹਿਲਾਂ ਤੁਸੀਂ ਚੈੱਕ ਕਰਾਓਗੇ ਫਿਰ ਦੇਖੋਗੇ ਜੇ ਉਹ ਵਿੱਚ ਦਵਾਈ ਨਹੀਂ ਹੈਗੀ ਤੇ ਤੁਸੀਂ 150 ਰੁਪਏ ਕਾਊਂਟਰ ਵੱਧ ਦੇਣ ਦਾ ਐਕਚੁਅਲੀ ਮੈਨੂੰ ਸਮਝ ਆ ਸਾਰੇ ਜਿਹੜੇ ਖੇਤੀਬਾੜੀ ਵਾਲੇ ਅਫਸਰ ਇਹ ਵੀ ਬੜਾ ਕੋਸ਼ਿਸ਼ ਕਰ ਰਹੇ ਨੇ ਅਸੀਂ ਫਾਰਮਰ ਨੂੰ ਯਕੀਨ ਦਿਵਾਉਂਦੇ ਆ ਕਿ ਜੇ ਤੁਸੀਂ ਦਵਾਈਆਂ ਘੱਟੇ ਖਰਚਾ ਤੁਹਾਡਾ ਆਪਣਾ ਹੀ ਤਾਂ ਘੱਟਦਾ ਦਵਾਈਆਂ ਨਾ ਪਾਓਗੇ ਖਰਚਾ ਘੱਟਦਾ ਹੈ ਖਰਚਾ ਘਟੇਗਾ ਤੁਹਾਨੂੰ ਇਨਕਮ ਵਧੇਗੀ ਅਸੀਂ ਇਹ ਕੋਸ਼ਿਸ਼ ਘਾੜੀ ਘਟ ਸਕਦਾ ਸਿੱਟ ਸਾਬ ਨਹੀਂ ਛਾੜ ਦੇ ਦੇਖੋ ਛਾੜ ਨਹੀਂ ਘਟਦਾ ਇਹ ਇੱਕ ਨਾ ਇੱਕ ਮਿੱਥ ਹੈ ਕਿ ਛਾੜ ਨਹੀਂ ਘਟਦਾ ਇਹ ਇੱਕ ਐਮੀ ਧਾਰਨਾ ਹੈ ਛਾੜ ਕਿਸਾਂ ਘਟ ਸਕਦਾ ਜੇ ਤੁਸੀਂ ਦੇਖੋ ਅਸੀਂ ਇਹਨਾਂ ਨੂੰ ਇੱਕ ਛੋਟਾ ਜਿਹਾ ਦੱਸਿਆ ਕਿ ਤੁਸੀਂ ਅਗਰ ਕੀੜਾ ਆਂਦਾ ਨਾ ਤੁਸੀਂ ਆਪਣੀ ਟਿਊਬਵੈੱਲ ਦੀ ਵਾਲ ਨੂੰ ਨਾ ਪੀਲਾ ਪੇਂਟ ਕਰ ਦਿਓ ਜਾਂ ਉਹਦੇ ਉੱਪਰ ਗਰੀਸ ਦਾ ਲਾਭ ਤੋਂ ਛੋਟਾ ਜਿਹਾ 20 ਵਾਟ ਦਾ ਬਲਬ ਸਾਰਾ ਕੀੜਾ ਉੱਥੇ ਚਲ ਜਾਏ ਫੇਰੂਮਾਨ ਫੇਰੂਮਾਨ ਇੱਕ ਟਰੈਪਸ ਉਹ ਲਗਾ ਦਿਓ ਚਿੜੀਆਂ ਦਾ ਇੱਕ ਥੋੜਾ ਇਹਨਾਂ ਸੈਟਅਪ ਬਣਾ ਦਿਓ ਇਹਦੇ ਨਾਲ ਛੋਟੇ-ਛੋਟੇ ਕੰਮ ਕਰਨ ਨਾਲ ਹੀ ਸਾਨੂੰ ਦਵਾਈਆਂ ਦੀ ਲੋੜ ਪੈਣੀ ਉਹ ਬਾਸਮਤੀ ਦਾ ਇੱਕ ਵਾਇਗੁਰ ਦੀ ਵਰਦਾਨ ਹੈ ਦੇਖੋ ਇੱਥੇ ਜ਼ਮੀਨ ਚੰਗੀ ਬਾਣੀ ਚੰਗਾ ਸ ਮੌਸਮ ਚੰਗਾ ਇਸ ਕਰਕੇ ਮੌਸਮ ਦੇ ਚੰਗੇ ਇਹਦੇ ਕਰਕੇ ਹੀ ਇਸ ਏਰੀਆ ਦੀ ਬਾਸਮਤੀ ਵਧੀਆ ਹੁੰਦੀ ਹੈ ਜੀ ਸੋ ਸੋ ਧੰਨਵਾਦ ਸਿੱਟਾ ਸਾਹਿਬ ਮੈਂ ਸਮਝਣਾ ਕਿ ਇਹ ਬੜਾ ਵਧੀਆ ਸੁਨੇਹਾ ਹੈ ਕਿ ਜੇ ਅਸੀਂ ਜ਼ਹਿਰਾ ਦਾ ਖਰਚਾ ਵੀ ਘਟਾਵਾਂਗੇ ਵਾਤਾਵਰਣ ਦੀ ਪਲੀਤ ਹੋਣੋਂ ਬਚਾਵਾਂਗੇ ਤੇ ਕੁਆਲਟੀ ਪੈਦਾਵਾਰ ਜੇ ਕਰੀਏ ਤੇ ਵੱਧ ਭਾਅ ਮਿਲਣ ਦੀ ਸੰਭਾਵਨਾ ਸਾਨੂੰ ਬਣ ਸਕਦੀ ਏ ਡਾਕਟਰ ਤੇਜਿੰਦਰ ਜੀ ਤੁਸੀਂ ਸਬਜੈਕਟ ਮੈਟਰ ਸਪੈਸ਼ਲਿਸਟ ਹੋ محکمہ ਜ਼ਰਾਇਤ ਚ ਅੱਛਾ ਹੁਣ ਇਹ ਜਿਹੜੇ ਗੱਲ ਸਿੱਟ ਸਾਬ ਨੇ ਕਹੇ ਨੇ ਬੜੇ ਔਖੇ ਨੇ ਕਿਸਾਨ ਵਾਸਤੇ ਕਿਸਾਨ ਕਿਵੇਂ ਬਗੈਰ ਜ਼ਹਿਰਾਂ ਤੋਂ ਬਾਸਮਤੀ ਵਾਸਤੇ ਕਿਹਾ ਜਾਂਦਾ ਕਿ ਸਪ੍ਰੇਅਾਂ ਕਰਨੀਆਂ ਹੀ ਪੈਂਦੀਆਂ ਕਰਨ ਤੋਂ ਬਗੈਰ ਚਾਰਾ ਕੋਈ ਨਹੀਂ ਕਿੱਦਾਂ ਦੇ ਉਪਰਾਲੇ ਕੀਤੇ ਜਾਣ ਤਾਂ ਕਿ ਇਹ ਬਾਸਮਤੀ ਫਸਲ ਜਿਹੜੀ ਏ ਬਚ ਸਕੇ ਸਪ੍ਰੇਅਾਂ ਤੋਂ ਸਰੇ ਇਸ ਤਰ੍ਹਾਂ ਵੀ ਜਿਹੜਾ ਖੇਤੀਬਾੜੀ ਵਿਭਾਗ ਆ ਪਿਛਲੇ ਅੱਜ ਤੋਂ ਨਹੀਂ ਪਿਛਲੇ 15-20 ਸਾਲ ਤੋਂ ਲਗਾਤਾਰ ਇਹ ਕੋਸ਼ਿਸ਼ ਕਰ ਰਿਹਾ ਹੈ ਵੀ ਕਿਸਾਨ ਜਿਹੜੇ ਐ ਅਸੀਂ ਨਾ ਇੱਕ ਕਨਸੈਪਟ ਤੇ ਚੱਲਦੇ ਆਂ ਵੀ ਜਾਂ ਤੇ ਆਰਗੈਨਿਕ ਵਾਲ ਚੱਲ ਜਾਨੇ ਜਾਂ ਆਪਾਂ ਦਵਾਈਆਂ ਜਾਂ ਖਾਦਾਂ ਦੇ ਦੁਰਵਰਤੋਂ ਵਾਲ ਚੱਲਦੇ ਆਂ ਆਪਾਂ ਕਦੀ ਵੀ ਜੁਡੀਸ਼ੀਅਲ ਯੂਜ਼ ਜਿਹੜਾ ਉਹ ਲਫ਼ਜ਼ ਨਾ ਵਰਤਦੇ ਆਂ ਤੇ ਨਾ ਹੀ ਆਪਾਂ ਉਹਦੀ ਦਵਾਈਆਂ ਦੀ ਜਾਂ ਖਾਦਾਂ ਦੀ ਵਰਤੋਂ ਕਰਦੇ ਆਂ ਸਾਡੀ ਕੋਸ਼ਿਸ਼ ਵਿਭਾਗ ਦੀ ਸ਼ੁਰੂਤ ਉਹੀ ਹੈ ਤੁਸੀਂ ਯੂਨੀਵਰਸਿਟੀ ਦੀ ਜਿੰਨੀਆਂ ਕਿਤਾਬਾਂ ਵਾਂ ਉਹ ਚ ਤੁਹਾਨੂੰ ਫਾਰਮਯਾਰਡ ਮਨਿਓਰ ਰੂੜੀ ਖਾਦ ਜਿਹੜੀ ਆ ਉਹ ਪਲੱਸ ਜਿਹੜੀ ਆ ਡਾਈ ਜਾਂ ਪोटाश ਦੀ ਰეკਮੈਂਡੇਡ ਡੋਜ਼ ਜਿਹੜੀ ਆ ਉਹਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ ਇਹ ਹੀ ਸਿਫਾਰਿਸ਼ ਉਹਦਾ ਪੀਯੂ ਦੀ ਜਿਹੜੀਆਂ ਸਿਫਾਰਿਸ਼ਾਂ ਨੂੰ ਅਸੀਂ ਲਾਗੂ ਕਰਾਂਗੇ ਤੇ ਨਾ ਹੀ ਸਾਡੇ ਤੇ ਕੋਈ ਖਰਚਾ ਵਧੇਗਾ ਨਾ ਹੀ ਸਾਨੂੰ ਕੋਈ ਤਰ੍ਹਾਂ ਦੀ ਰੈਜ਼ੀਡੂਟ ਦੀ ਜਿਹੜੀ ਕੋਈ ਆਪਣੇ ਬਾਸਮਤੀ ਜਾਂ ਕਿਸੇ ਵੀ ਫਸਲਾਂ ਚ ਆ ਰਹੀ ਹੈ ਉਹਦੇ ਕਰਕੇ ਜਿਹੜਾ ਆਪਾਂ ਨੂੰ ਜਿਹੜਾ ਮੁਸ਼ਕਲ ਨਹੀਂ ਆਏਗੀ ਜਿਸ ਤਰ੍ਹਾਂ ਆਪਾਂ ਨੂੰ ਕਰਨ ਲਈ ਤੇ ਕੋਈ ਨਹੀਂ ਹੁਣ ਅੱਜ ਦੀ ਜਿਹੜੀ ਬਾਸਮਤੀ ਇਹਨਾਂ ਦੇਖ ਰਿਹਾ ਸਾਬ ਵੀ ਸਾਡੇ ਦਫਤਰ ਦੇ ਬਾਹਰ ਹੀ ਇੱਥੇ ਝੁਗਾਵੇਂ ਆਪਣੇ ਹਜੇ ਬਾਸਮਤੀ ਲਗਾ ਰਹੇ ਆ ਜਦੋਂ 15 ਜੁਲਾਈ ਦਾ ਆਪਣਾ ਬਾਸਮਤੀ ਦਾ ਸਹੀ ਟਾਈਮ ਤੇ ਆਪਾਂ ਬਾਸਮਤੀ ਲਗਾਵਾਂਗੇ ਉਸ ਵੇਲੇ ਹੁਣ ਦੇਖੋ ਹਵਾ 'ਚ ਨਮੀ ਜ਼ਿਆਦਾ ਵਾ ਰੇਟ ਆਫ ਟਰਾਂਸਪੀਰੇਸ਼ਨ ਤੇ ਰੇਟ ਆਫ ਵੈਪੋਰੇਸ਼ਨ ਦੋਨੋਂ ਘਟ ਜਾਂਦੀਆਂ ਨੇ ਪਾਣੀ ਦੀ ਵਰਤੋਂ ਜਿਹੜੀ ਆ ਪਾਣੀ ਬਹੁਤ ਬਾਸਮਤੀ ਦਾ ਪਾਣੀ ਵੈਸੇ ਹੀ ਘਟ ਲੱਗਦਾ ਵਾ ਤੇ ਪਾਣੀ ਦੀ ਆਪਣੀ ਬਚਤ ਹੋ ਜਾਂਦੀ ਆ ਜਦੋਂ ਇਸ ਏਰੀਆ ਦੇ ਵਿੱਚ ਇਕੱਠੀ ਜਿਹੜੀ ਬੈਲਟ ਦੇ ਵਿੱਚ ਬਾਸਮਤੀ ਆਪਣੀ ਲੱਗਦੀ ਆ ਕੀੜੇ ਮਕੌੜਿਆਂ ਦਾ ਜਿਹੜਾ ਹਮਲਾ ਵੀ ਜਿਹੜਾ ਘਟ ਜਾਂਦਾ ਯੂਰੀਆ ਦੀ ਜਿਹੜੀ ਵਰਤੋਂ ਜਿਹੜੀ ਆ ਜੇ ਆਪਾਂ ਬਾਸਮਤੀ ਜਾਂ ਝੋਨੇ 'ਚ ਪਹਿਲੇ ਆਪਾਂ ਢਿੰਜਨ ਦੀ ਜੇ ਆਪਾਂ ਵਰਤੋਂ ਜ਼ਮੀਨ 'ਚ ਬੰਨਿਆ ਤੇ 25% ਨਾਈਟ੍ਰੋਜਨ ਜਿਹੜੀ ਆਪਣੀ ਵੈਸੇ ਹੀ ਘਟ ਲੱਗਦੀ ਆ ਜਦੋਂ ਨਾਈਟ੍ਰੋਜਨ ਦੀ ਘਟ ਵਰਤੋਂ ਕਰਾਂਗੇ ਤੇ ਆਪਣਾ ਜਿਹੜਾ ਕਲੋਰੋਫਿਲ ਕੰਟੈਂਟ ਜਿਹੜਾ ਵਾ ਉਹ ਫਸਲ ਦੇ ਵਿੱਚ ਘਟੇਗਾ ਤੇ ਉਸ ਦੇ ਨਾਲ ਜਿਹੜੇ ਕੀੜੇ ਮਕੌੜਿਆਂ ਦਾ ਹਮਲਾ ਵੀ ਘਟੇਗਾ ਦੂਸਰੇ ਆ ਫੇਰੋਮਨ ਟਰੈਪਸ ਤੁਸੀਂ ਸੋਲਰ ਇਨਸੈ ਉਸਦੀ ਵਰਤੋਂ ਕਰਕੇ ਆਪਾਂ ਜਿਹੜੇ ਆ ਦਵਾਈਆਂ ਦੇ 50% ਜਿਹੜਾ ਆਪਾਂ ਦਵਾਈਆਂ ਜਿਹੜੀਆਂ ਉਹਦੀ ਸਪਰੇ ਜਿਹੜੀ ਆਪਣੀ ਘਟ ਜਾਂਦੀ ਆ ਜਿਹੜੀ ਆਪਣੀ ਗੁਰਦਾਸਪੁਰ ਦੀ 벨ਟ ਆ ਰਾਵੀ ਦੇ ਨਾਲ ਨਾਲ ਚੁਗਾਵਾ ਜੇ ਨਾਲੇ ਦੀ 벨ਟ ਵੈ ਇਹ 벨ਟ ਇਸ ਕਰਕੇ ਆ ਵੀ ਇਹਦੀ ਬਾਸਮਤੀ ਦੀ ਫਲੇਵਰ ਰੋਮਾ ਇਸ ਕਰਕੇ ਵਧੀਆ ਵੀ ਇਹ ਜਦੋਂ ਇਹਦਾ ਇੱਥੋਂ ਦਾ ਟੈਂਪਰੇਚਰ ਰਾਤ ਦਾ ਅਕਤੂਬਰ ਦੇ ਵਿੱਚ ਬਾਕੀ ਸ਼ਹਿਰਾਂ ਦੇ ਮੁਕਾਬਲੇ 2 ਤੋਂ 3 ਡਿਗਰੀ ਡਾਊਨ ਹੁੰਦਾ ਇੱਥੇ ਜਿਹੜੀ ਰਾਵੀ ਦੇ ਨਾਲ ਸਰਦੀ ਜਿਹੜੀ ਹੈ ਨਾ ਰਾਤ ਨੂੰ ਠੰਡਕ 15 ਦਿਨ ਪਹਿਲਾਂ ਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਵਧੀਆ ਕੁਆਲਿਟੀ ਨੂੰ ਬਾਸਮਤੀ ਪੈਦਾ ਕਰਨ ਦੇ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ ਤੇ ਜੇ ਦਵਾਈਆਂ ਬੈਨ ਜਿਹੜੀਆਂ ਦਵਾਈਆਂ ਹੈਗੀਆਂ ਵਾ ਉਹ ਨਾ ਵਰਤੋ ਕਰਨਗੇ ਕਿਉਂਕਿ ਇੰਡਸਟਰੀ ਤੇ ਖੇਤੀਬਾੜੀ ਦੋਨੋਂ ਪਾਰਟ ਆਂਡ ਪਾਰਸਲ ਹੈ ਇੱਕ ਦੂਸਰੇ ਤੇ ਡਿਪੈਂਡ ਵਾ ਤੋ ਗੱਲ ਇਹ ਹੈ ਕਿ ਜਿਹੜੀਆਂ ਦਵਾਈਆਂ ਪਾਬੰਦੀਸ਼ੁਦਾ ਆਪਾਂ ਜਿਨ੍ਹਾਂ ਦਾ ਨਾਮ ਸਿੱਟਾ ਸਾਹਿਬ ਨੇ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਨੇ ਖਾਸ ਤੌਰ ਤੇ ਬਾਸਮਤੀ ਦੀ ਫਸਲ ਵਾਸਤੇ ਉਹ ਆਪਾਂ ਜੇ ਪ੍ਰੇਣੀ ਕਰਾਂਗੇ ਤੇ ਕੁਆਲਿਟੀ ਪੈਦਾਵਾਰ ਹੋਣ ਦੀ ਸੰਭਾਵਨਾ ਬਣੇਗੀ ਆਪਾਂ ਕਿਹਨਾਂ ਦੀ ਗੱਲਾਂ ਕਰ ਰਹੇ ਹਾਂ ਜੀ ਭਾਈ ਕੀ ਸ਼ੁਬਨਾਓ ਆਪਣਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਸਾਪ ਸਿੰਘ ਹੈ ਅੱਛਾ ਤੇ ਪਿੰਡ ਮੋਲੇ ਕੇ ਤੇ ਮੋਲੇ ਕੇ ਹਾਂਜੀ ਮੋਲੇ ਕੇ ਤੇ ਬਾਸਮਤੀ ਲਾਉਂਦੇ ਤੁਸੀਂ ਹਾਂਜੀ ਬਾਸਮਤੀ ਲਾਉਂਦੇ ਕਿਹੜੀ ਕਿਸਮ ਅਰ ਕੀਤੇ ਪੰਜਾਬ 7 ਜਿਹੜੀ ਨਵਾਈ ਹੈ ਉਹ ਲਾਈ ਹੈ ਠੀਕ ਤੇ ਕਿੰਨਾ ਚਿਰ ਹੋ ਗਿਆ ਲਾਇਆ ਇਹਨੂੰ ਉਹ ਹੁਣ ਤੇ ਹੋ ਗਈ 25 ਦਿਨ ਦੀ ਹੋਈ ਹੈ ਜੀ ਅੱਛਾ ਹਾਂ ਤੇ ਕੀ ਫਸਲ ਦੀ ਕੀ ਸਥਿਤੀ ਹੈ ਕੋਈ ਦਵਾਈ ਜਾਂ ਕੀੜਾ ਮਕੌੜਾ ਪਾਉਣ ਦੀ ਜਰੂਰਤ ਪਈ ਤੁਹਾਨੂੰ ਕੀੜਾ ਮਕੌੜਾ ਨਹੀਂ ਬਿਲਕੁਲ ਵਧੀਆ ਮਤਲਬ ਖੇਲਾਂ ਤੇ ਹੀ ਲਾਈ ਆ ਜਿਸ ਤਰ੍ਹਾਂ ਦੋਹਾਂ ਸਾਈਡਾਂ ਤੇ ਗੰਡੇ ਲਾਈਦੇ ਆ ਇਸ ਤਰ੍ਹਾਂ ਲਾਈ ਆ ਤੇ ਸਾਡੇ ਖੇਤੀਬਾੜੀ ਅਫਸਰ ਸਾਹਿਬ ਨੇ ਸਰ ਵੀ ਆ ਕੇ ਬਹੁਤ ਵਧੀਆ ਅੱਜ ਇੱਕ ਵਾਰ ਉਹਨੂੰ ਸਿਰਫ 25 ਕਿਲੋ ਖਾਦ ਪਾਈ ਹੈ ਜੀ ਤੇ ਬਹੁਤ ਵਧੀਆ ਉਹਦੀ ਪ੍ਰੋਮੋਬੇ ਤੇ ਵਧੀਆ ਢੰਗ ਨਾਲ ਲਾਈਏ ਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਅੱਛਾ ਜਿਹੜੀਆਂ ਦਵਾਈਆਂ ਦੀ ਗੱਲ ਕਰਨ ਦੇ ਨੇ ਵੀ ਦਵਾਈਆਂ ਘੱਟ ਪਾਓ ਕੁਆਲਟੀ ਪੈਦਾਵਾਰ ਬਾਰੇ ਤੁਸੀਂ ਸੋਚਦੇ ਹੋ ਹਾਂਜੀ ਬਿਲਕੁਲ ਇਹ ਆ ਕੀਤੀ ਪੜੀ ਅਬਸਰ ਸਾਹਿਬ ਨੇ ਨਾਲ ਰਲ ਕੇ ਇਹਨਾਂ ਦੇ ਨਾਲ ਇਹਨਾਂ ਨੂੰ ਪੁਛ-ਕਿਛ ਕੇ ਜਿਹੜੀ ਦਵਾਈ ਆ 3 ਸਾਲ ਤੋਂ ਲਗਾਤਾਰ ਇਹਨਾਂ ਦੇ ਨਾਲ ਜੁੜੀ ਹੋਈਆਂ ਤੇ ਇਹਨਾਂ ਦੇ ਰეკਮੈਂਡ ਦੇ ਨਾਲ ਹੀ ਦਵਾਈ ਪਾ ਰਹੇ ਹਾਂ ਬਹੁਤ ਵਧੀਆ ਕੁਆਲਟੀ ਤੇ ਕੁਆਂਟੀਟੀ ਪਸੋਂ ਜਿਹੜਾ ਨਾ ਸਾਨੂੰ ਰਿਜ਼ਲਟ ਮਿਲ ਰਿਹਾ ਪਿਛਲੇ ਸਾਲ ਅਸੀਂ ਜਿਹੜਾ 1601 ਬਸਬਤੀ ਦਾ ਅਸੀਂ ਝਾੜੀ 27 ਪਲੱਸ ਕੱਢਿਆ ਸੀ ਤੇ ਕੋਈ ਜਿਹੜੀ ਕੁਆਲਿਟੀ ਵੀ ਨੇ ਉਹ ਵੀ ਪਹਿਲੇ ਨੰਬਰ ਦੀ ਕਿੜਮ ਕੋੜ ਆ ਜਾਏ ਤੇ ਫਿਰ ਕੀ ਕਰਦੇ ਹੋ ਕੀੜਾ ਮਕੌੜਾ ਦੇ ਫਿਰ ਹਾਲ ਜੇ ਆਪਾਂ ਨਾਈਟ੍ਰੋਜਨ ਦੀ ਘੱਟ ਵਰਤੋਂ ਕਰੀਏ ਤੇ ਬਹੁਤ ਘੱਟ ਆਉਂਦਾ ਕੋਈ ਨਾਰਮਲ ਹੀ ਆਉਂਦਾ ਤੇ ਜਿਹੜੀਆਂ ਰਿਕਮੈਂਡ ਹੈਗੀਆਂ ਯੂਨੀਵਰਸਿਟੀ ਵੱਲੋਂ ਦਵਾਈਆਂ ਉਹ ਇੱਕ ਅੱਧੀ ਸਪਰੇਅ ਲਾਸ਼ ਤੇ ਜਾ ਕੇ ਕਰਨੀ ਪੈਂਦੀ ਹੈ ਜੀ ਸੋ ਚੰਗੀ ਗੱਲ ਹੈ ਕਿ ਜਦੋਂ ਅਸੀਂ ਕੁਆਲਿਟੀ ਪੈਦਾਵਾਰ ਹਾਸਲ ਕਰਨੀ ਹੈ ਤੇ ਬਜਾਈ ਤੋਂ ਲਵਾਈ ਤੋਂ ਲੈ ਕੇ ਆਪਾਂ ਨੂੰ ਧਿਆਨ ਦੇਣਾ ਪਊ ਆਪਣਾ ਖਾਲਸਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਸੁਤਨਾਮ ਸਿੰਘ ਪਿੰਡ ਕੋਹੜਾ ਜਦੋਂ ਪੰਜਾਬ ਦੀ ਕਨਸਾਈਨਮੈਂਟ ਬਾਸਪਦੀ ਸ਼ੈਲਿੰਗ ਹੋ ਕੇ ਜਾਂਦੀ ਆ ਉਹਦੇ ਵਿੱਚ ਨਾਲ ਹਰਿਆਣੇ ਦਾ ਚਾਵਲ ਵੀ ਮਿਕਸ ਹੁੰਦਾ ਹੈ ਆੜੀ ਟ੍ਰਾਈਸਾਈਕਲੋਜੋਨ ਦਵਾਈ ਦਾ ਨਾਂ ਇਹ ਲਿਖਿਆ ਹੈ ਇਹ ਨੈਕ ਬਲਾਸਟ ਹੁੰਦਾ ਹੈ ਤੇ ਉਦੋਂ ਪੈਂਦੀ ਹੈ ਤੇ ਪੰਜਾਬ ਚ ਇਹਦੀ ਬਿਲਕੁਲ ਵਰਤੋਂ ਨਹੀਂ ਦੂਸਰੀ ਗੱਲ ਰੈਜੀਡਿਊ ਦੀ ਆ ਜਿਹੜੀ ਰੈਜੀਡਿਊ ਜਿਨ੍ਹਾਂ ਦਵਾਈਆਂ ਨੂੰ ਆਪਾਂ ਪਾਬੰਦੀ ਲਾਈ ਆ ਸੰਨ 13 14 15 ਤੋਂ ਲੈ ਕੇ ਹੀ ਸਾਡੀ ਐਗਰੀਕਲਚਰ ਡਿਪਾਰਟਮੈਂਟ ਤੇ ਕਿਸਾਨ ਮਿਲਣੀਆਂ ਪਿੰਡ ਪੱਦਰ ਤੱਕ ਜਾ ਕੇ ਕੈਂਪ ਲਾ ਕੇ ਇਹ ਐਡਵਾਈਸ ਦਿੰਦੇ ਆ ਵੀ ਆਹ ਦਵਾਈਆਂ ਨਾ ਵਰਤੋ ਜਦੋਂ ਇਹਨਾਂ ਦੇ ਸ਼ਿਪ ਸਿਸਟਮ ਲੋਡ ਕਰਦੇ ਨੇ ਇਹਨਾਂ ਨੂੰ ਬਹੁਤ ਲੰਮਾ ਸਮਾਂ ਉਸੇ ਲੱਗਦਾ ਹੈ ਉਹਦੇ ਰਖਰਖਾ ਬਾਰੇ ਇਹਨਾਂ ਦਾ ਕੀ ਸਬ ਇਹਦੇ ਬਾਰੇ ਵੈਸੇ ਸਿੱਟ ਸਾਬ ਗੱਲ ਤੇ ਇਹਨਾਂ ਦੀ درست ਐ ਐਕਚੁਅਲੀ ਇਹਨਾਂ ਦੀ ਇਨਫੋਰਮੇਸ਼ਨ ਕਿਸੇ ਹੱਦ ਤੱਕ ਠੀਕ ਪਰ ਅਸੀਂ ਕੋਈ ਮਿਕਸ ਨਹੀਂ ਕਰਦੇ ਸਾਨੂੰ ਪਤਾ ਹੈ ਕਿ ਪਾ ਮਿਕਸ ਨਹੀਂ ਕਰਦੇ ਪਰ ਕਿਸੇ ਲੈਵਲ ਤੇ ਮਿਕਸ ਹੋਈ ਨਹੀਂ ਹੁੰਦੀ ਨਹੀਂ ਮਿਕਸ ਸਾਡੀ ਫੈਕਟਰੀਆਂ ਵੀ ਹੁਣ ਜੇ ਸੁਪੋਜ਼ੀ ਮੈਂ ਚੁਗਾਵੇਂ ਤੋਂ ਮਾਲਿਆ ਮੇਰੀ ਟੇਰੀ ਚੁਗਾਵੇਂ ਦੀ ਅਲੱਗ ਹੈ ਮੈਂ ਉਹਦੀ ਮਿਲਿੰਗ ਅਲੱਗ ਕਰਨੀ ਹੈ ਉਹਦੀ ਮਿਲਿੰਗ ਕਰਕੇ ਉਹਦੀ ਮੈਂ ਪੂਰੀ ਟੈਸਟਿੰਗ ਕਰਾਣੀ ਤੁਹਾਨੂੰ ਪਤਾ ਹੈ ਇੱਕ ਕਨਸਾਈਨਮੈਂਟ ਟੈਸਟ ਕਰਨਾ 10000 ਰੁਪਏ ਕਾਸਟ ਕਰਦਾ ਉਹ EIA ਦੀ ਗਵਰਨਮੈਂਟ ਦੀ ਅਪਰੂਵਡ ਲੈਬ ਤੋਂ ਪਾਸ ਹੋਣਾ ਸਰ ਅਸੀਂ ਉਹਨਾਂ ਇਹ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਅਸੀਂ ਸੈਂਟਰਲ ਗਵਰਨਮੈਂਟ ਵੀ ਔਰ ਪੰਜਾਬ ਗਵਰਨਮੈਂਟ ਤੁਹਾਨੂੰ ਪਰਸਾ ਨਾਲ ਖੜੀ ਹੈ ਨਾਲ ਅਸੀਂ ਸੈਂਟਰਲ ਗਵਰਨਮੈਂਟ ਨੂੰ ਵੀ ਕਈ ਵਾਰੀ ਕਿਹਾ ਹੈ ਕਿ ਜਿਹੜੀਆਂ ਬਾਸਮਤੀ ਦੀਆਂ ਦਵਾਈਆਂ ਜਿਹੜੀਆਂ ਸਾਨੂੰ ਤਾਂ ਕਰਦੀਆਂ ਵੀ ਯੂਰੋ ਤੇ ਅਮਰੀਕਾ ਉਹ ਬੰਦ ਕਰੋ ਨਾ ਤੁਸੀਂ ਬਾਰਸ਼ਪਤੀ ਦਾ ਪੀਰੀਅਡ 4 ਮਹੀਨੇ ਦਾ 4 ਮਹੀਨੇ ਦਵਾਈਆਂ ਨਾਲ ਵਿੱਚ ਅਸੀਂ ਦਵਾਈਆਂ ਦੇ ਕੰਪਨੀਆਂ ਨੂੰ ਰਿਕੁਐਸਟ ਕੀਤੀ ਕਿ ਸਰ ਤੁਸੀਂ ਆਪਣਾ ਕੰਟਰੋਲ ਵਿੱਚ ਉਹ ਕੰਟਰੋਲ ਦਵਾਈਆਂ ਘੱਟ ਵਿੱਚ ਹੁਣ ਸਾਰਾ ਡਿਪਾਰਟਮੈਂਟਰੀ ਐਨੇ ਸਾਲਾਂ ਤੋਂ ਲੱਗਿਆ ਸਾਨੂੰ ਪਤਾ ਅਗਰ 2019 ਵਿੱਚ 2000 ਘਟਦੀ ਘੱਟ ਪਈ ਯੂਰੀਆ ਘਟ ਬੈ ਤਾਂ ਸਾਨੂੰ ਕੁਝ ਅਸਾਈਨਮੈਂਟ ਪਿਛਲੇ ਬਾਰੇ ਵਾਪਸ ਵੀ ਆਈ ਹੈ ਐਕਚੁਅਲੀ ਪਤਾ ਕੀ ਹੋਇਆ ਇਹਨਾਂ ਦਵਾਈਆਂ ਕਰਕੇ ਇਹਨਾਂ ਦਵਾਈਆਂ ਕਰਕੇ ਮੈਂ ਤੁਹਾਨੂੰ ਦੱਸਣਾ ਯੂਰਪ ਨੇ ਕੀ ਕੀਤਾ ਜੀ ਉਹਨਾਂ ਨੇ ਬਿਨਾਂ ਗੱਲ ਤੋਂ ਉਹਨੂੰ ਐਡਵਰਸ ਐਮ ਆਰ ਐਲ ਕਹਿੰਦੇ ਕਿ ਬਿਨਾਂ ਗੱਲ ਤੋਂ ਸਾਡੇ ਤੇ ਕੰਡੀਸ਼ਨ ਲਾਤੇ ਕਿ ਇਹ 001 ਤੇ ਕੋਈ ਕੈਲੀਬ੍ਰੇਸ਼ਨ ਹੁੰਦੀ ਨਹੀਂ ਸਾਨੂੰ ਆਪਣੇ ਪੱਧਰ ਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈਗੀ ਬਾਕੀ ਸਰਕਾਰੀ ਲੈਵਲ ਦੇ ਉੱਤੇ ਤੇ ਕੱਲਾਂ ਚਲਦੀਆਂ ਪਈਆਂ ਧੰਨਵਾਦ ਸਿੱਟ ਸਾਬ ਸੋ ਇਹ ਜਿਹੜੀਆਂ ਗੱਲਾਂ ਨੇ ਦੇਖੋ ਇਹ ਸਾਡੇ ਪੱਧਰ ਦੀ ਗੱਲ ਸਿਰਫ ਇਹ ਹੋਈ ਹੈ ਕਿ ਆਪਾਂ ਕੁਆਲਟੀ ਪੈਦਾਵਾਰ ਹਾਸਲ ਕਰੀਏ ਔਰ ਜਿਹੜਾ ਤਕਨੀਕੀ ਤਾਣਾ ਬਾਣਾ ਸਾਡੇ ਵਾਲ ਦੋਲ ਹੈਗਾ ਉਹਦਾ ਅਸੀਂ ਇਸਤੇਮਾਲ ਕਰਕੇ ਫਾਇਦਾ ਉਠਾਈਏ ਗੁਰਚਰਨ ਜੀ ਜਿਸ ਨਾਲ ਗੱਲ ਚੱਲੀ ਸੀ ਵੀ ਕਿਸਾਨਾਂ ਤੱਕ ਲਿਟਰੇਚਰ ਔਰ ਵਾਤਵਾਕ ਮਾਧਿਮ ਰਾਈ ਉਪਰਾਲੇ ਕੀਤੇ ਜਾ ਰਹੇ ਨੇ ਤੁਸੀਂ ਜੀ ਪੰਜਾਬ ਰਾਈਸ ਮਿਲਰਸ ਐਂਡ ਐਕਸਪੋਰਟਰ ਐਸੋਸੀਏਸ਼ਨ ਦੇ ਨਾਲ ਕੰਮ ਕਰਨਦੇ ਹੋ ਕਿਸਾਨਾਂ ਨਾਲ ਤੁਹਾਡਾ ਰابطਾ ਹੈਗਾ ਕਿੱਦਾਂ ਦੇ ਉਪਰਾਲੇ ਕਰ ਰਹੇ ਹੋ ਤੁਸੀਂ ਕਿਵੇਂ ਕਿਸਾਨਾਂ ਨਾਲ ਰابطਾ ਕਰਦੇ ਹੋ ਔਰ ਕਿੱਦਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹੋ ਤੁਸੀਂ ਐਸੇ ਤੁਸੀਂ ਇਸ ਲਾਈਨ ਦੇ ਵਿੱਚ 3 ਸਾਲ ਤੋਂ ਕਰੀਬ ਲੱਗੇ ਆ ਜਿਵੇਂ ਭਾਈ ਸਾਹਿਬ ਨੇ ਕਿਹਾ ਲਿਟਰੇਚਰ ਦੀ ਪਹੁੰਚ ਐਕਚੁਅਲੀ ਇਕਦਮ ਸਾਰੇ ਪਾਸੇ ਸਾਡੇ ਲਈ ਥੋੜਾ ਉਖਾ ਹੋ ਜਾਂਦਾ ਅਸੀਂ ਵੱਖਰੀ ਵੱਖਰੀ ਕੈਂਪੇਨ ਵੱਖਰੇ ਵੱਖਰੇ ਪਿੰਡਾਂ 'ਚ ਲਾ ਰਹੇ ਆ ਪਿਛਲੇ 4-5 ਦਿਨਾਂ 'ਚ 6-5 6 ਕੈਂਪ ਲਾਏ ਨੇ ਉਸ ਤੋਂ ਪਹਿਲਾਂ ਵੀ ਲਾਏ ਪੈਪਲਰ ਵੰਡੇ ਰਹੇ ਨੇ ਆ ਇਸ ਇਲਾਕੇ 'ਚ ਵੀ ਆਪਾਂ 2-3 ਸਾਲ ਤੋਂ ਰਿਲੇਟਡ ਹੈਗੇ ਆ। 2-3 ਇੱਥੇ ਵੀ ਕੈਂਪ ਲਾਏ ਆ। ਇੱਥੇ ਆਂਦਿਆਂ ਹੋਣ ਥੋੜਾ ਜਿਹਾ ਟਾਈਮ ਲੱਗਾ ਸਾਨੂੰ ਪਰ ਫੇਰ ਵੀ ਇਹਨਾਂ ਨੂੰ ਅਵੇਅਰਨੈਸ ਹੀ ਦਿੰਦੇ ਰਹਨੇ ਆ। ਡਾਕਟਰਾਂ ਦੇ ਨੰਬਰ ਇਹਨਾਂ ਨੂੰ ਦਿੱਤੇ ਆ ਕਈ ਦਾ ਜਦੋਂ ਤੁਹਾਨੂੰ ਕਿਸੇ ਕਿਸੇ ਦੀ ਪ੍ਰੋਬਲਮ ਅਜੇ ਆਂਦੀ ਹੈ ਤੁਸੀਂ ਫੋਟੋ ਲਾ ਕੇ ਭੇਜੋ। ਉਸੇ ਲਈ ਐਡ ਦੀ ਸਪੋਰਟ ਟਰੀਟਮੈਂਟ ਕੀਤਾ ਜਾਏਗਾ ਨਹੀਂ ਤੇ ਇਹਨਾਂ ਨੂੰ ਵਿਜ਼ਿਟ ਕਰਾਇਆ ਜਾਏਗਾ ਤੇ ਹਰ ਤਰ੍ਹਾਂ ਦਾ ਮਸਲਾ ਇਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਇਹ ਤੁਹਾਨੂੰ ਆਪ ਵੀ ਦੱਸ ਸਕਦੇ ਆ ਕਿ ਇਹਨਾਂ ਨੂੰ ਸਰਵਿਸ ਮਿਲਦਾ ਕੋਈ ਕਮੀ ਨਹੀਂ ਆਉਂਦੈਂਦੇ ਜੀ। ਸੋ ਗੱਲ ਇਹ ਤੇ ਫਿਰ ਰਾਹ ਜਿਹੜੇ ਨੇ ਉਹ ਸੋਖੇ ਹੋ ਜਾਂਦੇ ਨੇ ਡਾਕਟਰ ਸਾਹਿਬ ਤੁਸੀਂ ਇਸ ਇਲਾਕੇ ਚ ਖੇਤੀਬਾੜੀ ਵਿਕਾਸ ਅਫਸਰ ਹੋ ਤੇ ਜਦੋਂ ਦਵਾਈਆਂ ਔਰ ਜ਼ਹਿਰਾਂ ਦੀ ਗੱਲ ਆਉਂਦੀ ਏ ਔਰ ਜਿਹੜਾ ਨੌ ਜ਼ਹਿਰਾਂ ਦੀ ਆਪਾਂ ਕਹਿੰਦੇ ਆ ਕਿ ਇਹਨਾਂ ਨੂੰ ਤੁਸੀਂ ਨਹੀਂ ਵਿਕਣ ਦੇਣਾ ਜਾਂ ਇਹ ਕਿਸਾਨ ਨਾ ਖਰੀਦ ਕਰੇ ਤੇ ਜੇ ਸਮੱਸਿਆ ਆਏ ਤੇ ਕਿਸਾਨ ਕਿਹੜੀਆਂ ਦਵਾਈਆਂ ਇਸਤੇਮਾਲ ਕਰ ਸਕਦਾ ਉਹਦੇ ਵਿੱਚ ਜਿਸ ਤਰ੍ਹਾਂ ਨਟੀਵੋ ਦਵਾਈ ਹੈਗੀ ਆ ਜੀ ਜੀ ਐਮੀ ਸਟਾਰ ਦਵਾਈ ਹੈਗੀ ਆ ਕਲਰੂ ਫਰੀ ਵਾਸ ਦਵਾਈ ਜਿਹੜੀ ਇਹ ਤਿੰਨ ਚਾਰ ਦਵਾਈਆਂ ਜਿਹੜੀਆਂ ਨਾ ਇਹ ਮਤਲਬ ਇਨਸੈਕਟ ਵਾਸਤੇ ਫੰਗੀਸਾਈਡ ਜਿਸ ਤਰ੍ਹਾਂ ਨਟੀਵੋ ਦੱਸਿਆ ਤੇ ਮੈਨੂੰ ਦੱਸਿਆ ਇਹ ਕਿਉਂਕਿ ਬਾਸਮਤੀ ਨੂੰ ਹਨਾ ਇਹ ਫੰਗੀ ਮਤਲਬ ਫੰਗੀਸਾਈਡ ਮਤਲਬ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਫੰਗਲ ਡਿਜ਼ੀਜ਼ ਆਉਂਦੀ ਆ ਤੇ ਉਦੋਂ ਇਹਨਾਂ ਨੂੰ ਵਰਤਣਾ ਉਹ ਵੀ ਵਰਤਣਾ ਉਦੋਂ ਆ ਜੇ ਜਦੋਂ ਆਪਣਾ ਕੋਈ ਬਹੁਤ ਜ਼ਿਆਦਾ ਲੈਵਲ ਵੱਜੇ ਇਹ ਨਹੀਂ ਕਿ ਇੱਕ ਬੂਟਾ ਖਰਾਬ ਹੋਇਆ ਤੇ ਆਪਾਂ ਉਸੇ ਵੇਲੇ ਦਵਾਈ ਪਾ ਦੇਣੀ ਹੈ ਨਹੀਂ 5 7 10% ਤੋਂ 5 ਮਿਨੀਮਮ 5% ਤੋਂ ਅਟੈਕ ਵਧੇ ਤਾਂ ਆਪਾਂ ਸਪਰੇਅ ਕਰਨੀ ਹੈ ਨਹੀਂ ਤੇ ਅਦਰਵਾਈਜ਼ ਕੋਈ ਲੋੜ ਨਹੀਂ ਹੈਗੀ ਬਿਲਕੁਲ ਹਾਂ ਸੋ ਜਦੋਂ ਆਪਾਂ ਗੱਲ ਸਪਰੇਅ ਦੀ ਕਰਨੇ ਆ ਤੇ ਸਪਰੇਅ ਆਪਾਂ ਉਦੋਂ ਕਰਨੀਏ ਜਦੋਂ ਜ਼ਰੂਰਤ ਹੋਵੇ ਔਰ ਇਹ ਜ਼ਰੂਰਤ ਜਿਹੜੀ ਆਪਾਂ ਨੂੰ ਪਤਾ ਲੱਗਦੀ ਜਦੋਂ ਅਸੀਂ ਖੇਤਾਂ 'ਚ ਗੀੜਾ ਮਾਰਨੇ ਆ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਖਾਲਸਾ ਜੀ ਆਪਣਾ ਸ਼ੁਭਨਾਮ ਕੀ ਹੈ ਤੇ ਕਿਹੜਾ ਆਪਣਾ ਪਿੰਡ ਹੈ ਮੈਂ ਲਖਬੀਰ ਸਿੰਘ ਪਿੰਡ ਕੁਹਾੜੀ ਮਜੂਦਾ ਸਰਪੰਚ ਇਹ ਲਖਬੀਰ ਸਿੰਘ ਜੀ ਤੁਹਾਡੇ ਇਸ ਕੁਹਾੜੀ ਪਿੰਡ ਦਾ ਬੜਾ ਨਾਮ ਹੈ ਕਿੰਨੀ ਕੁ ਉੱਥੇ ਤੁਸੀਂ ਬਾਸਮਤੀ ਬਾਹਰਲੇ ਮੁਲਕਾਂ 'ਚ ਜਾਂਦੀ ਤੁਹਾਡੀ ਇੱਥੋਂ ਹਾਂਜੀ ਜਾਂਦੀ ਸਾਡੇ ਪਿੰਡ ਦਾ ਨਾਮ ਚੱਲਦਾ ਜੀ ਅੱਛਾ ਹਾਂਜੀ ਕੀ ਨਾਮ ਚੱਲਦਾ ਜੀ ਇਹ ਬਾਸਮਤੀ ਦੇ ਨਾਮ ਤੋਂ ਮਸ਼ਹੂਰ ਪਿੰਡ ਕੁਹਾੜੀ ਤੇ ਜਦੋਂ ਬਾਹਰਲੇ ਮੁਲਕਾਂ ਜਾਂਦੀ ਤੇ ਆਪਾਂ ਪਿੰਡ ਦੇ ਕਿਸਾਨਾਂ ਨੂੰ ਕੋਈ ਫਾਇਦਾ ਹੁੰਦਾ ਹੈ ਕਿ ਵੱਧ ਭਾਅ ਮਿਲਦਾ ਮਿਲਦਾ ਹੁੰਦਾ ਅੱਗੇ ਤੇ ਬਹੁਤ ਜ਼ਿਆਦਾ ਫਾਇਦਾ ਜੇ ਪਹਿਲਾਂ ਦੇ ਪਿੰਡ ਨੇ ਤਰੱਕੀ ਇਹਦੇ ਤੋਂ ਕੀਤੀ ਬਾਸਮਤੀ ਤੋਂ ਹੀ ਬਾਕੀ ਹੁਣ ਦੋ ਤਿੰਨ ਸਾਲ ਤੋਂ ਥੋੜਾ ਡਾਊਨ ਹੋਇਆ ਰੇਟ ਕਰਕੇ ਹੁਣ ਹੈਗੀ ਆ ਸਾਨੂੰ ਫੇਰ ਵੀ ਥੋੜਾ ਜਿਹਾ ਕਿੰਨੀ ਬਾਸਮਤੀ ਆਮ ਤੌਰ ਤੇ ਬੀਜ ਤੁਸੀਂ ਪਾਕਿਸਤਾਨੀ ਬਾਸਮਤੀ ਜਾਂ 86 ਜਿਹੜੀ ਹੁਣ ਖਤਮ ਹੋ ਗਈ ਹਾਂਜੀ ਹੁਣ ਕਿਹੜੀ ਲਾਉਂਦੇ ਹੋ ਹੁਣ ਤਾਂ ਜ਼ਿਆਦਾ ਕੀ ਤੇ 14 ਸਿੱਕ ਆ ਗਈ ਬਾਕੀ 15 9 ਤਿੰਨੇ ਵੈਰਾਈਟੀਆਂ ਇੱਥੇ ਚਲਦੀਆਂ ਆ ਰਹੀਆਂ ਹੈ ਕਿ ਭਾ ਚੰਗਾ ਮਿਲਣ ਦੀ ਸੰਭਾਵਨਾ ਹੈਗੀ ਹੈ ਜੀ ਭਾਅ ਲੱਭ ਹੈਗੀ ਆ ਵੀ ਅੱਗੇ ਰਾਤ ਕੀ 40000 ਦੇ ਲਗਭਗ ਰੇਟ ਮਿਲੇਗਾ ਤੇ ਜੇ ਅਸੀਂ ਗੱਲ ਕਰੀ ਪਿਛਲੇ ਬਾਰੇ ਨਾਲ ਯਾਰ ਕੀ ਰਕਬਾ ਵਧਿਆ ਕਿ ਉਹ ਨਹੀਂ ਨਹੀਂ ਰਕਬਾ ਤਾਂ ਕਿਤੇ ਘਟ ਗਿਆ ਘਟ ਗਿਆ ਹਾਂਜੀ ਉਹ ਕਿਉਂ ਉਹਦੇ ਕਰਕੇ ਪੀਆਰ ਬਰੇਡਾਈਆਂ ਨੂੰ ਥੋੜਾ ਜਿਹਾ ਧਿਆਨ ਜ਼ਿਆਦਾ ਹੋ ਗਿਆ ਉਧਰ ਰੇਡ ਕਰਕੇ ਇਹ ਹੈ ਕਿ ਜੇ ਯਾਰਕੀ ਭਾਅ ਚੰਗਾ ਮਿਲ ਗਿਆ ਤਾਂ ਅਗਲੇ ਬਾਰੇ ਫਿਰ ਦੁਬਾਰਾ ਬਾਸਮਦਿਲ ਬਸੇ ਹੋ ਜਾਣਗੇ ਹਾਂਜੀ ਫਿਰ ਇਸੇ ਬੰਨੇ ਹੋ ਜਾਣਗੇ ਤੇ ਫਿਰ ਕੋਈ ਨਾ ਕੋਈ ਸਮੱਸਿਆ ਆ ਜਾਣੀ ਨਹੀਂ ਕਿ ਮੱਸਿਆ ਕਿਉਂ ਨਹੀਂ ਜਦ ਮਾਰਕੀਟ ਚੱਲ ਬੇ ਮਾਰਕੀਟ ਦਾ ਅੱਛਾ ਹੁਣ ਇਸ ਗੱਲ ਸਪਰੇਆਂ ਨਹੀਂ ਚੱਲਣ ਡਈ ਆਪਣੀ ਵੀ ਸਪਰੇਆਂ ਘਟਾਓ ਤੁਸੀਂ ਸਰਪੰਚੋ ਇਸ ਪਿੰਡ ਦੇ ਤੇ ਕਿਸਾਨ ਵੈਸੇ ਸਪਰੇਆਂ ਘਟਾਉਣ ਬਾਰੇ ਸੋਚਦਾ ਉਹ ਬਹੁਤ ਜ਼ਿਆਦਾ ਕਿਦੋਂ ਘਟ ਗਈਆਂ ਜੀ ਪਹਿਲਾਂ ਜਿਹਨੀ ਦਵਾਈ ਜ਼ਹਿਰ ਬਦਲ ਵਰਤਦੇ ਸੀ ਉਹ ਤੋਂ ਤਕਰੀਬਨ 25-30% ਰਹਿ ਗਿਆ ਜੀ ਬਾਕੀ ਜਿਹੜੀਆਂ ਫੰਗੀ ਫੰਗੀ ਸ਼ਾਇਦ ਉਹ ਪੈਂਦੀਆਂ ਦਵਾਈਆਂ ਬਾਕੀ ਝਾੜ ਵਾਲੀਆਂ ਦਵਾਈਆਂ ਪੈਂਦੀਆਂ ਉਹ ਤਾਂ ਨਾ ਹੀ ਰਹਿ ਗਿਆ ਜਿਹੜੀਆਂ ਦੂਜੀਆਂ ਦਵਾਈਆਂ ਇੱਕ ਨੁਕਤਾ ਵੀ ਘਟ ਗਿਆ ਜੀ ਹਾਂ ਜੀ ਕਿਉਂਕਿ ਜਦੋਂ ਅਸੀਂ ਵਰਕ ਪੈ ਗਿਆ ਅੱਗੇ ਨਾਲ ਉਹ ਝੋਨਾ ਲੇਅਰ ਲੱਗ ਸ਼ੁਰੂ ਹੋ ਗਿਆ ਆਪਾਂ 20-25 ਦਿਨ ਹੁਣ ਅੱਗੇ ਤੋਂ ਲੇਅਰ ਸ਼ੁਰੂ ਕਰਦੇ ਆ ਉਹਦੇ ਨਾਲ ਵੀ ਬਿਮਾਰੀਆਂ ਘਟ ਗਈਆਂ ਹਾਂ ਇਹ ਵੀ ਗੱਲ ਹੈ ਕਿ ਜਦੋਂ ਅਸੀਂ ਲੇਟ ਧੰਨਵਾਦ ਲਖਵੀਰ ਜੀ ਜਦੋਂ ਅਸੀਂ ਲੇਟ ਝੋਨਾ ਲਾਣ ਦਾ ਸਾਡਾ ਰੁਝਾਨ ਚੱਲਿਆ ਉਹ ਤੋਂ ਪਤਾਲ ਪੇਟ ਸੁੰਡੀ ਗੋਬੜੀ ਸੁੰਡੀ ਵੀ ਕਿਹਾ ਜਾ ਰਿਹਾ ਕਿ ਘਟ ਗਈ ਏ ਹੋਰ ਕਿਸੇ ਕਿਸਾਨ ਨੇ ਇੱਧਰ ਕੋਈ ਗੱਲ ਕਰਨੀ ਹੋਵੇ ਕੀ ਨਾਂ ਆਪਣਾ ਪਰਜਨ ਸਿੰਘ ਜੀ ਅੱਛਾ ਕਿਹੜਾ ਪਿੰਡ ਆਪਣਾ ਖਵਾਲੀ ਅੱਛਾ ਤੇ ਕਿੰਨੀ ਆਪਣੀ ਖੇਤੀ ਖੇਤੀ ਆਪਣੀ 100 ਏਕੜ ਚੱਗੀ ਜੀ ਕੀ ਬਾਤ ਹੈ ਜੀ ਤੇ ਬਾਸਮਤੀ ਕਿੰਨੀ ਹੈ ਬਾਸਮਤੀ ਤਰੀਬਨ ਬਾਸਮਤੀ ਹੀ ਸਾਰੀ ਜੀ ਅੱਛਾ ਜਿਹੜੀ ਕਿਸਮ DJ 17 18 ਤੇ 11 21 ਤੇ ਇੱਕ ਪੰਜਾਬ 7 ਜਿਹੜੀ ਨਵੀਂ ਆ ਜੀ ਇਹ ਲਗਾਤਾਰ ਤੁਹਾਡਾ ਇਹ ਨਰਕਬਾ ਚੱਲਣ ਡਿਆ ਕਿ ਐਰਕੀ ਘਟਾਇਆ ਵਧਾਇਆ ਜੀ ਨਹੀਂ ਐਰਕਾ ਪਹਿਲਾਂ ਜਿਆਦਾ 17 18 ਜਾਂ ਪਹਿਲਾਂ ਪਾਸਤਾ ਨਹੀਂ ਹੁੰਦੀ ਉਹਦੇ ਹੁਣ ਬੰਦ ਹੋ ਗਈ ਆ ਹੁਣ ਇਹ ਐਰਕਾ ਇਹ ਪੰਜਾਬ 7 ਨੂੰ ਕੋਈ ਵਧਾਇਆ ਥੋੜਾ ਜੀ ਹਾਂਜੀ ਤੇ ਤੁਸੀਂ ਕਿ ਸਮਝਦੇ ਹੋ ਕਿ ਜਿਸ ਤਰ੍ਹਾਂ ਦੇ ਗੱਲਾਂ ਚੱਲਣ ਡੀਆਂ ਆ ਕੁਆਲਟੀ ਪੈਦਾਵਾਰ ਦੀ ਗੱਲ ਚੱਲਨੀ ਇਹ ਕੁਆਲਟੀ ਪੈਦਾਵਾਰ ਕਰਨ ਨਾਲ ਤੁਹਾਡੇ ਤੱਕ ਲਾਭ ਪੁੱਜਦਾ ਨਹੀਂ ਲਾਭ ਵੇਖੋ ਪਹਿਲਾਂ ਪਿੱਛੇ ਤੇ ਰਿਹਾ ਵਾ ਪਰ ਹੁਣ ਨਹੀਂ ਹੁਣ ਜਿੱਦਾਂ ਮੰਨ ਲਓ ਰੇਟ ਡਾਊਨ ਫਲ ਆ ਰਹੀ ਆ ਤੋ ਹਰ ਕੋਈ ਸੋਚ ਰਿਹਾ ਵੀ ਮੈਂ ਕੀ ਲਾਵਾਂ ਕਿ ਵੀ ਉਹ ਚੀਜ਼ ਨਹੀਂ ਮਿਲੀ ਮੰਨ ਲਓ ਸਪਰੇਅ ਵੀ ਯੂਨੀਵਰਸਿਟੀ ਦੇ ਮੁਤਾਬਿਕ ਹੁੰਦੀਆਂ ਵਾ ਪੀ ਜੇ ਆਖੇ ਵੀ ਜ਼ਹਿਰ ਜ਼ਿਆਦਾ ਵਰਤੇ ਜ਼ਹਿਰ ਦੀ ਇੰਨੀ ਵਰਤੋਂ ਜੋ ਇਹ ਕਹਿੰਦੇ ਉਹ ਹੀ ਹੁੰਦਾ ਵਾ ਇਹਨਾਂ ਨੂੰ ਜੇ ਕੋਈ ਕੀੜਾ ਆ ਜਾਵੇ ਜੱਕ ਦਾ ਮਕਸਾਨ ਕੀੜਾ ਵੇਦ ਹੈ ਤੇ ਉਹਦੇ ਦਿਮਾਗ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਕਿ ਮੈਂ ਹੁਣ ਸਪਰੇਅ ਕਰਾਂ ਤੇ ਕੀੜੇ ਦੇ ਛੁਟਕਾਰਾ ਪਾਵਾਂ ਬਾਸਮਤੀ ਦੀ ਫਸਲ ਤੇ ਕੀੜੇ ਮਕੋੜੇ ਜ਼ਿਆਦਾ ਵੀ ਜ਼ਿਆਦਾ ਵੀ ਆਉਂਦੇ ਵੈਸੇ ਜੇ ਝੋਨੇ ਦੀ ਗੱਲ ਕਰੀਏ ਤੇ ਫਿਰ ਉਦੋਂ ਤੁਸੀਂ ਕੀ ਕਰਦੇ ਹੋ ਇਹ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਵੇਖਿਆ ਜਾਂਦਾ ਵੀ ਕੀ ਹੈ ਇਹਨੂੰ ਕਿਹੜੇ ਕਿ ਪੀ ਜੀ ਆਖੀਏ ਕਿਸਾਨ ਕਲਾਕ ਫਿਰ ਵੀ ਪੁੱਛਣਾ ਪੈਂਦਾ ਹੋਇਆ ਜਿਸ ਨਾਲ ਡਾਕਟਰ ਸਾਹਿਬ ਦੱਸਣ ਦੇ ਸੀ ਵੀ ਬੜੇ ਹੋਰ ਤਰੀਕੇ ਆ ਗਏ ਨੇ ਕੀੜੇ ਮਕੌੜੇ ਨੂੰ ਰੋਕਣ ਵਾਸਤੇ ਚਾਹੇ ਫਿਰੋਮੋਨ ਟ੍ਰੈਪਾਂ ਦੀ ਗੱਲ ਜਾਂ ਸਾਡੀ ਸਾਹਿਬ ਕਹਿੰਦੇ ਨੇ ਕਿ ਪੀਲੀ ਜੇ ਪੀਲੀ ਕਲੀ ਕਰਦੇ ਹੋ ਅਜੇ ਇਹ ਕੰਮ ਵੀ ਤੁਸੀਂ ਕਰਦੇ ਰਹਿੰਦੇ ਹੋ ਨਹੀਂ ਇਹ ਕੰਮ ਜੇ ਨਹੀਂ ਇਹ ਨੇ ਜਦੋਂ ਮੰਨ ਲਓ ਫਿਰ ਵੀ ਜਾਣਕਾਰੀ ਹੈਗੀ ਆ ਪਰ ਇਹਦੇ ਕੰਮ ਨਹੀਂ ਇਹ ਨੇ ਕੀਤੇ ਪਰ ਫਿਰ ਵੀ ਜਿਹੜੀ ਯੂਨੀਵਰਸਿਟੀ ਸਪਸ਼ਟ ਕਰਦੀ ਉਹ ਜਿਹਨੂੰ ਆਪਾਂ ਦਵਾਈ ਸਪਰੇ ਕਰੀਦੀ ਆ ਹਾਂਜੀ ਸਿੰਘ ਸਾਹਿਬ ਕੀ ਆਪਣਾ ਨਾਮ ਹੈ ਸਤਨਾਮ ਸਿੰਘ ਜੀ ਆਪਣਾ ਪਿੰਡੇ ਹੋਈ ਨਹੀਂ ਜੀ ਪਿੱਟੇ ਵੜਿਆ ਜੀ ਤੇ ਤੁਸੀਂ ਦੀ ਬਾਸਮਤੀ ਬੀਜ ਹਾਂਜੀ ਅਸੀਂ 121 ਤੇ 17 18 ਲਾਉਨੇ ਆ ਯਾਰ ਕੀ ਰਕਬਾ ਵਧਾਇਆ ਹੈ ਕਿ ਘਟਾਇਆ ਪਿਛਲੇ ਵਾਰ ਨੇ ਨਹੀਂ ਉਹ ਤੇ ਉਨਾ ਜਿੰਨਾ ਥਾ ਬਾਸਮਤੀ ਲਾਉਨੇ ਆ 121 ਤੇ ਉਹਨਾਂ ਦਾ ਉਹ ਲਾਇਆ ਤੇ ਇਸ ਵਕਤ ਫਸਲ ਦੀ ਸਥਿਤੀ ਕੋਈ ਕੀੜਾ ਮਕੌੜਾ ਬमारी ਵਗੈਰਾ ਇਹ ਲਾਉਂਦੇ ਲੇਟ ਆ ਜੀ ਬਹੁਤ ਲੇਟ ਅਸੀਂ ਤੇ ਜਿੰਨਾ ਮੰਨ ਲਓ ਅਜੇ ਮਿਰ ਸਾਹਿਬ ਦਾ ਮਹੀਨਾ ਵੀ ਨਹੀਂ ਵੀ 25 25 ਦਿਨ ਹੋ ਜਾਣ ਲੱਗੇ ਬਾਅਦ ਚ ਫਿਰ ਕਣਕ ਲੇਟ ਨਹੀਂ ਹੋ ਜਾਂਦੀ ਉਹਨਾਂ ਹੀ ਕਣਕ ਨੂੰ ਕੀ ਵਧੀਆ ਹੋ ਜਾਂਦੀ ਕਣਕ ਜੀ ਕੋਈ ਚੱਕਰ ਨਹੀਂ ਹੈ ਹਜੇ ਤੱਕ ਹਮੇ ਸਿਰ ਵੇਲੇ ਹੋ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਹੁਣ ਇਹ ਦੱਸੋ ਕਿ ਕੁਆਲਟੀ ਪੈਦਾਵਾਰ ਦੀ ਅੱਜ ਗੱਲ ਚੱਲਣ ਈ ਹੈ ਜਿਹੜਾ ਕਿਸਾਨ ਸਕੂਲ ਲਾਇਆ ਮਹਿਕਮਾ ਜ਼ਰਾਇਤ ਨੇ ਇੱਕ ਕੁਆਲਟੀ ਪੈਦਾਵਾਰ ਵਾਸਤੇ ਲਾਇਆ ਹੈ ਕੁਆਲਟੀ ਪੈਦਾਵਾਰ ਬਾਰੇ ਤੁਸੀਂ ਸਾਡੇ ਕੀ ਵਿਚਾਰ ਨੇ ਕੁਆਲਟੀ ਦੇ ਇਤਨਾ ਬਣਦੀ ਜੀ ਚੰਗੀਆਂ ਦਵਾਈਆਂ ਕੰਪਨੀ ਦੇ ਪੈਗੀਆਂ ਦੂਜੀ ਨਾਂ ਪਾਈ ਜਾਵੇ ਜਿ ਤਰ੍ਹਾਂ ਅੱਜ ਕੱਲ ਕੋਈ ਕਲੋਰ ਪਾ ਦਿੰਦਾ ਕੋਈ ਕੁਝ ਪਾ ਦਿੰਦਾ ਮੈਂ ਤਾਂ ਹਮੇਸ਼ਾ ਸੰਜੰਗਤਾ ਵਰਤਦਾ ਜੀ ਤੇ ਵਧੀਆ ਜਿਹੜੀ ਚੰਗੀ ਦੁਕਾਨ ਤੋਂ ਲੈ ਕੇ ਇਹ ਸਾਡੇ ਭਰਾ ਸਾਰੇ ਜੀ ਤੇ ਇਹਨਾਂ ਨੂੰ ਕੁਛ ਲਈ ਕੱਟ ਤੋਂ ਘੱਟ ਜਰਾ ਇਸਤੇਮਾਲ ਕੀਤਾ ਕੱਟ ਤੋਂ ਘੱਟ ਤੋਂ ਘੱਟ ਕੁਆਲਟੀ ਪੈਦਾਵਾਰ ਦੀ ਜਿਹੜੀ ਗੱਲ ਅੱਜ ਇਸ ਕਿਸਾਨ ਸਕੂਲ ਚੱਲੀ ਏ ਉਹਨੂੰ ਤਾਜੀ ਸਹੀ ਮਹਿਣੇ ਚ ਅਮਲੀ ਜਾਮਤ ਆਦੀ ਪਹਿਨਾ ਜਾ ਸਕਦਾ ਸੋ ਬਹੁਤ ਬਹੁਤ ਮਿਹਰਮਾਨੀ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਇਹ ਬੜੇ ਵਧੀਆ ਢੰਗ ਦੇ ਨਾਲ ਇਹਨਾਂ ਇਹ ਕੰਮ ਕੀਤਾ ਹੈ ਬਹੁਤ ਬਹੁਤ ਮਿਹਰਮਾਨੀ ਜੀ